ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਭ ਜਾਣਦੇ ਹੋ ਕਿ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਆਪਣੇ ਗੁਰਮਤਿ ਪ੍ਰਚਾਰ ਵਾਸਤੇ ਕੈਨੇਡਾ ਦੀ ਫੇਰੀ ਦੇ ਉੱਤੇ ਨੇ, ਪਰ ਕੈਨੇਡਾ ਦੀ ਕਾਫੀ ਸੰਗਤ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ। ਪਰ ਹੁਣ ਕੈਲਗਰੀ ਦੀ ਸੰਗਤ ਸਾਹਮਣੇ ਆਈ ਹੈ, ਜਿਹਨਾਂ ਨੇ ਬੜੇ ਹੀ ਨਿਮਰ ਤਰੀਕੇ ਦੇ ਨਾਲ ਬੇਨਤੀ ਕੀਤੀ ਹੈ ਕਿ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਦੇ ਦੀਵਾਨ ਜਾਰੀ ਰਹਿਣਗੇ ਤੇ ਉਹ ਕਿਸੇ ਦੇ ਨਾਲ ਮਤਭੇਦ ਨਹੀਂ ਰੱਖਣਾ ਚਾਹੁੰਦੇ ਤੇ ਤੁਸੀਂ ਵੀ ਇਹਨਾਂ ਦੀਵਾਨਾਂ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਭਰ ਸਕਦੇ ਹੋ। ਅਸੀਂ ਕਿਸੇ ਨੂੰ ਮਨਾ ਨਹੀਂ ਕਰ ਰਹੇ। ਗੁਰੂ ਘਰ ਵੱਲੋਂ ਜਿਹੜਾ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਟੱਡਰੀਆਂ ਵਾਲਿਆਂ ਦੇ ਦੀਵਾਨ ਗੁਰੂ ਮਾਨਿਓ ਚੇਤਰਾ ਗ੍ਰੰਥ ਦੀਆਂ ਤਿਆਰੀਆਂ ਨੇ, ਉਹਨਾਂ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਾਹਿਬ ਭਾਈ ਰਣਵੀਰ ਸਿੰਘ ਆਪ ਸਭ ਨੂੰ ਜਾਣਕਾਰੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਪ੍ਰੋਗਰਾਮ ਨੇ ਭਾਈ ਰਣਜੀਤ ਸਿੰਘ ਜੀ ਹੁਣਾਂ ਦੇ, ਇਹ 20-21-22 ਜੂਨ ਨੂੰ ਹੋ ਰਹੇ ਨੇ। ਬੁੱਧਵਾਰ, ਵੀਰਵਾਰ, ਸ਼ੁੱਕਰਵਾਰ 7 ਤੋਂ 9:30 ਤੱਕ ਹੋਇਆ ਕਰਨਗੇ। ਇਹਦੀਆਂ ਜਿਹੜੀਆਂ ਤਿਆਰੀਆਂ ਨੇ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ। ਕਿਵੇਂ ਹੋਣਗੀਆਂ, ਇੱਕ ਆਪਣੇ ਕੋਲ ਮੇਨ ਹਾਲ ਥੱਲੇ ਲੰਗਰ ਹਾਲ ਦੇ ਵਿੱਚ ਵੀ ਸੰਗਤ ਲਈ ਪ੍ਰਬੰਧ ਕੀਤਾ ਜਾਵੇਗਾ, ਉੱਪਰ ਗੈਲਰੀ ਦੇ ਵਿੱਚ, ਅਤੇ ਇਸੇ ਤਰ੍ਹਾਂ ਬਾਹਰ ਜੋ ਘਾਹ ਵਾਲੀ ਜਗ੍ਹਾ, ਨਿਸ਼ਾਨ ਸਾਹਿਬ ਵਾਲੀ ਜਗ੍ਹਾ, ਉੱਥੇ ਪ੍ਰੋਪਰ ਟੈਂਟ ਲਾਏ ਜਾਣਗੇ ਅਤੇ ਵਿੱਚ ਸਕਰੀਨਾਂ ਅਤੇ ਸਾਊਂਡ ਸਿਸਟਮ ਦਾ ਬਕਾਇਦਾ ਜਿਹੜਾ ਪ੍ਰਬੰਧ ਹੋਊਗਾ। ਪੁਲਿਸ ਅਤੇ ਸਿਕਿਉਰਿਟੀ ਅਤੇ ਇੱਦਾਂ ਹੀ ਸਾਡੇ ਵਲੰਟੀਅਰ ਵੀਰ ਨੇ ਕਾਫੀ ਹੋਣਗੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਉਹ ਵੀ ਸਾਡੇ ਨਾਲ ਨੇ। ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਇਸੇ ਤਰ੍ਹਾਂ ਸੰਗਤ ਦੀ ਪਾਰਕਿੰਗ ਦੀ ਸੁਵਿਧਾ ਵਾਸਤੇ ਇੱਥੇ ਵਲੰਟੀਅਰ ਹੋਣਗੇ, ਅਤੇ ਨਾਲ ਦੀ ਨਾਲ ਵਿੱਚ ਅਸੀਂ ਇੱਕ ਬੱਸ ਸਰਵਿਸ ਮੁਤਨਾਇਕ ਸਟੇਸ਼ਨ ਤੋਂ ਵੀ ਜਾਵਾਂਗੇ। 5 ਤੋਂ ਤਕਰੀਬਨ 10 ਵਜੇ ਤੱਕ ਚੱਲੇਗੀ, ਕਿਉਂਕਿ ਸਾਨੂੰ ਪਤਾ ਉਸ ਦੇ ਵਿੱਚ ਪਾਰਕਿੰਗ ਪ੍ਰੋਬਲਮ ਵੀ ਆਉਣੀ ਹੈ, ਅਤੇ ਤੁਸੀਂ ਆਪਣੀਆਂ ਕਾਰਾਂ ਉੱਥੇ ਪਾਰ ਕਰਕੇ ਬੱਸ ਦੇ ਵਿੱਚ ਇੱਥੇ ਆ ਸਕਦੇ ਹੋ। ਅਤੇ ਬਾਕੀ ਜਿਹੜੇ ਵੀਰ ਸਾਡੇ ਵਿਰੋਧਤਾ ਕਰ ਰਹੇ ਨੇ, ਅਸੀਂ ਸਤਿਕਾਰ ਕਰਦੇ ਹਾਂ, ਹਰੇਕ ਦੇ ਵਿਚਾਰਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਕਿਸੇ ਨੂੰ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਕੱਲੜ ਪਾਉਣਾ ਜਾਂ ਡਿਸਕਰਪਸ਼ਨ ਕਰਨੀ, ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਅਸੀਂ ਉਹਨਾਂ ਦੇ ਨਾਲ ਬੜੇ ਪਿਆਰ ਸਹਿਤ 3-4 ਮੀਟਿੰਗਾਂ ਕਰ ਚੁੱਕੇ ਹਾਂ। ਉਹਨੂੰ ਇਹੀ ਬੇਨਤੀ ਕੀਤੀ ਸੀ, ਭਾਈ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਸੀਂ ਸਾਡੇ ਭਰਾ ਹੋ, ਅਤੇ ਤੁਸੀਂ ਇੱਥੇ ਆ ਕੇ ਰੌਲਾ ਨਾ ਪਾਓ, ਜੇ ਤੁਸੀਂ ਪ੍ਰੋਟੈਸਟ ਵੀ ਕਰਨਾ ਬਾਹਰ ਫੈਂਸ ਤੋਂ ਬਾਹਰ ਜਾ ਕੇ ਕਰ ਲਓ, ਪਰ ਕੋਈ ਵੀ ਜਿਹੜੀ ਆ ਸਾਡੀ ਉਹਨਾਂ ਨੇ ਗੱਲ ਨਹੀਂ ਮੰਨੀ। ਕੱਲ੍ਹ ਜਿਹੜੀ ਘਟਨਾ ਹੋਈ ਹੈ, ਇੱਕ ਗੁਰਸਿੱਖ ਦੀ ਭਾਈ ਰਣਜੀਤ ਸਿੰਘ ਉਹਨਾਂ ਦੀ ਵੱਡੀ ਫੋਟੋ ਲਾ ਕੇ, ਪਿਕਚਰ ਲਾ ਕੇ, ਉੱਤੇ ਕਾਟਾ ਮਾਰ ਕੇ ਅਤੇ ਹੱਥ ਦੇ ਵਿੱਚ ਕੁੱਤਾ ਫੜਾਇਆ ਗਿਆ। ਹੁਣ ਆਮ ਜਿਹੜਾ ਉੱਥੋਂ ਲੋਕ ਸੰਗਤ ਲੰਘ ਰਹੀ ਹੈ, ਉਹਨੂੰ ਕੀ ਪਤਾ ਵੀ ਰਣਜੀਤ ਸਿੰਘ ਕੌਣ ਹੈ ਕੌਣ ਨਹੀਂ ਹੈ। ਇੱਕ ਗੁਰਸਿੱਖ ਦੇ ਹੱਥ ਦੇ ਵਿੱਚ ਤੁਸੀਂ ਕੁੱਤਾ ਫੜਾ ਕੇ ਇਹੋ ਜਿਹੀ ਭੱਦੀ ਸ਼ਬਦ ਵਾਲੀ ਵਰਤਣੀ, ਔਰ ਹੇਟ ਜਿਹੜੀ ਲੈਂਗੁਏਜ ਹੈ, ਨਫ਼ਰਤ ਭਰੀ ਜਿਹੜੀ ਭਾਸ਼ਾ ਹੈ ਉਹ ਵਰਤਣੀ, ਉਹ ਸਾਨੂੰ ਗੁਰਸਿੱਖਾਂ ਨੂੰ ਸ਼ੋਭਾ ਨਹੀਂ ਦਿੰਦੀ। ਉਹਨੂੰ ਅੱਜ ਵੀ ਅਸੀਂ ਇਸ ਮੈਸੇਜ ਰਾਹੀਂ ਇਹੀ ਜਿਹੜਾ ਮੈਂ ਮੈਸੇਜ ਦੇਣਾ ਚਾਹੁੰਦਾ, ਮੈਂ ਭੜਕਾਉਣ ਵਾਲੀ ਕੋਈ ਕਾਰਵਾਈ ਨਹੀਂ, ਮੈਂ ਅੱਜ ਵੀ ਕਹਿੰਦਾ ਤੁਸੀਂ ਸਾਡੇ ਭਰਾ ਹੋ, ਅਤੇ ਅਸੀਂ ਤੁਹਾਡੇ ਵਿਚਾਰਾਂ ਦਾ ਸਤਿਕਾਰ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਸ਼ਾਂਤੀਪੂਰਵਕ ਨੇਪਰੇ ਚੜ੍ਹਨ ਦਿਓ, ਜੇ ਤੁਹਾਡੇ ਨਹੀਂ ਵਿਚਾਰ ਮਿਲਦੇ ਤੁਸੀਂ ਨਾ ਸੁਣੋ, ਅਤੇ ਬਾਕੀ ਜਿਹੜੀ ਸੰਗਤ ਆਉਂਦੀ ਹੈ ਉਹਨੂੰ ਤੁਸੀਂ ਭੇਟਾਂ ਦੱਸ ਰਹੇ ਹੋ, ਇਹ ਗੁਰਸਿੱਖਾਂ ਵਾਲੀ ਭਾਸ਼ਾ ਨਹੀਂ। ਮੈਂ ਉਹਨਾਂ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਆਪਣਾ ਸਾਰੀ ਕੌਮ ਦਾ, ਸਾਰੀ ਸੰਗਤ ਦਾ ਮਾਣ ਸਤਿਕਾਰ ਇਹਦੇ ਵਿੱਚ ਹੀ ਹੈ ਕਿ ਜਿਹੜਾ ਪ੍ਰੋਗਰਾਮ ਹੈ ਸ਼ਾਂਤੀਪੂਰਵਕ ਹੋਵੇ, ਇਹਦੇ ਵਿੱਚ ਤੁਹਾਡੀ ਵੀ ਜਿੱਤ ਹੈ, ਜੇ ਕੋਈ ਰੌਲਾ ਰੱਪਾ ਪੈਂਦਾ ਇਹਦੇ ਵਿੱਚ ਸਾਰਿਆਂ ਨਾਲ ਵੱਡੀ ਤੁਹਾਡੀ ਆ ਰਹੀ, ਤੁਹਾਨੂੰ ਲਾਣਤਾਂ ਪਾਉਣੀਆਂ ਨੇ ਸੰਗਤ ਨੇ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਤਿਆਰੀ ਜਿਹੜੀ ਪੂਰਨ ਮੁਕੰਮਲ ਹੈ, ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ, ਅਤੇ ਹੋਰ ਲੰਗਰਾਂ ਦੇ ਵਿੱਚ
ਜਾਂ ਹੋਰ ਵਲੰਟੀਅਰ ਜਿਹੜੀਆਂ ਸੇਵਾਵਾਂ ਦੇ ਉਹਦੇ ਵਿੱਚ ਸਾਡਾ ਜ਼ਰੂਰ ਤੁਸੀਂ ਹੱਥ ਵਟਾਉਣਾ। ਮੈਂ ਸਾਰੀ ਸੰਗਤ ਦਾ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰੇ, ਗੁਰਮਤ ਦਾ ਪ੍ਰਚਾਰ ਕਰਨਾ, ਗੁਰੂ ਦੀ ਬਾਣੀ ਪੜ੍ਹ ਕੇ ਲੋਕਾਂ ਨੂੰ ਸੁਣਾਉਣੀ, ਲੋਕਾਂ ਤੱਕ ਪਹੁੰਚਾਉਣੀ ਬਹੁਤ ਚੰਗੀ ਗੱਲ ਹੈ, ਪਰ ਹਰ ਪ੍ਰਚਾਰਕ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਵੀ ਧਿਆਨ ਦੇ ਵਿੱਚ ਰੱਖਣ, ਅਤੇ ਨਾਲ ਹੀ ਜੋ ਵੀ ਪ੍ਰਚਾਰ ਪ੍ਰਸਾਰ ਉਹ ਗੁਰਬਾਣੀ ਦਾ ਕਰਦੇ ਨੇ, ਉਸ ਪ੍ਰਚਾਰ ਪ੍ਰਸਾਰ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸੌਟੀ ਦੇ ਉੱਤੇ ਪਹਿਲਾਂ ਤੋਲਣ ਅਤੇ ਫਿਰ ਬੋਲਣ, ਜਿੱਦਾਂ ਕਿ ਮੈਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕਿਆ ਹੈ, ਤਾਂ ਕਿ ਕਿਸੇ ਵੀ ਪ੍ਰਚਾਰਕ ਦੀ ਕਿਸੇ ਵੀ ਗੱਲ ਨੂੰ ਲੈ ਕੇ ਜਾਂ ਕਿਸੇ ਵੀ ਵਿਆਖਿਆ ਨੂੰ ਲੈ ਕੇ ਕਦੀ ਕੋਈ ਵਿਵਾਦ ਹੋਵੇ ਹੀ ਨਾ, ਕਿਉਂਕਿ ਆਪਸੀ ਮਤਭੇਦ ਤਾਂ ਹਮੇਸ਼ਾ ਹੀ ਰਹਿੰਦੇ ਨੇ, ਪਰ ਇਹ ਮਤਭੇਦ ਇੰਨੇ ਨਹੀਂ ਵੱਧ ਜਾਣੇ ਚਾਹੀਦੇ ਕਿ ਅਸੀਂ ਭਰਾ ਮਾਰੂ ਜੰਗ ਸ਼ੁਰੂ ਕਰ ਦਈਏ ਜਾਂ ਇੱਕ ਦੂਜੇ ਦੀਆਂ ਪੱਗਾਂ ਉਛਾਲਣੀਆਂ ਸ਼ੁਰੂ ਕਰ ਦਈਏ ਜਾਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਉੱਤੇ ਬਦਨਾਮ ਕਰਨਾ ਸ਼ੁਰੂ ਕਰ ਦਈਏ। ਜੇ ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।